ਬਾਰੇ ਦਾ ਵਚਨ ਹੈ ਭਾਈ ਗੁਰਦਾਸ ਜੀ ਦਾ ਕੁਰਬਾਨੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਮਨੰਦੇ। ਉਹ ਗੁਰਸਿੱਖ ਹਨ, ਬੜੇ ਭਾਗਾਂ ਵਾਲੇ ਹਨ, ਜੋ ਕਿ ਸ਼ਰਧਾ ਪੁਰ ਗੁਰੂ ਦਾ ਪੁਰਬ ਮਨਾਉਂਦੇ ਹਨ। ਅਸੀਂ ਕੀ ਵਡਿਆਈ ਕਰ ਸਕਦੇ ਹਾਂ ਗੁਰੂ ਦੀ? ਮਹਾਰਾਜ ਕਹਿੰਦੇ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਕਹਿੰਦਾ ਪੂਰੇ ਯੁਗਾਂ ਯੁਗ ਅੰਦਰ ਗੁਰੂ ਨਾਨਕ ਦੀ ਵਡਿਆਈ ਹੈ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ। ਆਓ ਇੱਕ ਸ਼ਬਦ, ਛੋਟੇ ਹੁੰਦੇ ਸੀ ਕਹਿੰਦੇ ਸੀ ਫਲਾਣਾ ਪੀਰ ਬੜਾ ਜਾਰਾ ਹੈ। ਛੋਟੇ ਹੁੰਦੇ ਸੀ ਬਜ਼ੁਰਗ ਕਹਿੰਦੇ ਸਨ ਉਹ ਫਲਾਣਾ ਨੌ ਗਜਾ ਪੀਰ ਹੈ, ਉੱਥੇ ਰੋਡ ਚੜ੍ਹਾਇਆ ਕਰੋ। ਪਰ ਭਾਈ ਗੁਰਦਾਸ ਕਹਿੰਦੇ ਜਾਹਰ ਪੀਰ ਜਗਤ ਗੁਰ ਬਾਬਾ। ਅਸੀਂ ਕਿੰਨੇ ਵੱਡੇ ਭਾਗਾਂ ਵਾਲੇ, ਸਾਡਾ ਬਾਬਾ ਪੀਰ ਹੀ ਸਾਡਾ ਸਭ ਤੋਂ ਵੱਡਾ ਪੀਰ ਦੁਨੀਆ ਦਾ। ਇਹ ਵੀ ਗੱਲ ਕਹਿੰਦੇ ਸਨ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਇਹ ਹੈ ਜਗਤ ਗੁਰ ਬਾਬੇ ਦੀ ਵਡਿਆਈ। ਅਸੀਂ ਕੀ ਵਿਚਾਰ ਕਰ ਸਕਦੇ? ਇੱਕ ਸ਼ਬਦ ਦੀ ਹਾਜ਼ਰੀ ਮਨ ਬਿਰਤੀਆਂ ਉਕਾਗਰ ਕਰੀਏ ਜੀ। ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਸਾਰੇ ਜਗਤ ਗੁਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਗੰਗ ਬਨਾਰਸ ਹਿੰਦੂਆਂ ਮੁਸਲਮਾਨਾ ਮੱਕਾ ਕਾਬਾ, ਘਰ ਘਰ ਬਾਬਾ ਗਾਵੀਆਂ ਭਜਨ ਤਾਲ ਮਿਰਦੰਗਰ ਬਾਬਾ, ਭਜਨ ਤਾਲ ਮਿਰਦੰਗਰ ਬਾਬਾ। ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ।
ਭਗਤ ਵਛਲ ਹੋਇਆ ਪਤਤ ਉਦਾਰਨ ਅਜਬ ਅਜਾਬਾ ਚਾਰ ਵਰਨ ਇੱਕ ਵਰਨ ਹੋਏ ਸਾਧ ਸੰਗਤ ਮਿਲ ਤੋਏ ਤਰਾਬਾ ਸਾਧ ਸੰਗਤ ਮਿਲ ਹੋਏ ਤਰਾਬਾ ਜਾਹਰ ਪੀਰ ਜਗਤ ਗੁਰਬਾਬਾ ਜਾਹਰ ਪੀਰ ਜਗਤ ਗੁਰਬਾਬਾ ਚੰਦਨ ਵਾਸ ਬਨਾਸਤ ਪਤ ਅਵਲ ਦੋ ਮਨਾ ਸੇਵ ਸੁਰਾਬਾ ਅਦਲ ਦੋ ਮਨਾ ਸੇਵ ਖਰਾਬਾ ਜਾਹਰ ਪੀਰ ਜਗਤ ਗੁਰਬਾਬਾ ਜਾਹਰ ਪੀਰ ਜਗਤ ਗੁਰਬਾਬਾ ਹੁਕਮ ਹੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ ਕਹਿੰਦਾ ਕੁਦਰਤ ਕਿਵੇਂ ਜਵਾਬ ਦੇਵੇ ਕਹਿੰਦਾ ਪੂਰੀ ਕੁਦਰਤ ਹੱਥ ਵਿੱਚ ਹੈ ਬਾਬਾ ਭਾਈ ਗੁਰਦਾਸ ਕਹਿਣ ਲੱਗੇ ਹੁਕਮ ਹੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ ਕੋਈ ਜਵਾਬ ਦੇ ਸਕਦਾ ਬਾਬੇ ਨਾਨਕ ਨੂੰ ਵੱਡੇ ਵੱਡੇ ਪੀਰ ਔਲੀਆ ਬਗਦਾਦ ਦੇ ਵੱਡੇ ਵੱਡੇ ਸਿੱਧ ਉਹ ਵੀ ਕਹਿਣ ਲੱਗੇ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਜਿਹੜੇ ਉੱਡਦੇ ਸਨ ਹਵਾ ਵਿੱਚ ਵੱਡੇ ਯੋਗ ਸਿੱਧੀਆਂ ਪਾਈਆਂ ਸਨ ਉਹ ਵੀ ਕਹਿਣ ਲੱਗੇ ਬਾਬਾ ਤੇਰੇ ਤੋਂ ਵੱਡਾ ਕੋਈ ਨਹੀਂ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਹਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਹਿੰਦਾ ਮੈਨੂੰ ਪਤਾ ਨਹੀਂ ਹੋਰ ਗੱਲਾਂ ਹੋਰ ਹੋਣਗੀਆਂ ਪਰ ਇੱਕ ਗੱਲ ਮੈਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਕੋ 16 ਕਲਾਂ ਸੰਪੂਰਨ ਆਇਆ ਤ੍ਰੇਤੇ 'ਚ ਦੁਆਪਰ 'ਚ ਆਏ 16 ਕਲਾਂ ਸੰਪੂਰਨ ਕਲਯੁਗ ਵਿੱਚ ਮਹਾਰਾਜ ਕਹਿੰਦਾ ਮੈਂ ਆਪ ਆਇਆ ਹਾਂ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰ ਮੇਰੇ ਪਰਮੇਸ਼ੁਰ ਆਪ ਆਏ ਸਰਗਨ ਸਰੂਪ ਲੈ ਕੇ ਬਾਬੇ ਨਾਨਕ ਦਾ ਸਰੂਪ ਲੈ ਕੇ
ਅਸੀਂ ਪੜ੍ਹਦੇ ਹਾਂ ਬਾਣੀ 'ਚ, ਬਾਣੀ ਪੜ੍ਹਦੇ ਹਾਂ ਬੜੀਆਂ ਮਰਿਆ, ਗੁਰੂ ਨਾਨਕ ਦੇਵ ਗੋਬਿੰਦ ਰੂਪ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਅਗਰ ਸ਼ਕਤੀਆਂ ਦੇ ਬਿਆਨ ਕਰੀਏ ਬਾਬੇ ਨਾਨਕ ਜੀ ਦੇ, ਨਹੀਂ ਅਸੀਂ ਇਹ ਜ਼ਬਾਨ ਨਾਲ ਬਿਆਨ ਨਹੀਂ ਕਰ ਸਕਦੇ। ਇੱਕ ਛੋਟੀ ਸੀ ਮੈਨੂੰ ਪੜ੍ਹਨ 'ਚ ਆਇਆ, ਬਾਬਾ ਨਾਨਕ ਵਿਚਰ ਰਹੇ ਸਨ, ਚੋਰਾਂ ਨਾਲ ਫੜ ਲਿਆ, ਠੱਗਾਂ ਨੇ, ਕਹਿੰਦਾ ਕੋਈ ਬਹੁਤ ਮਾਇਆ ਹੈ, ਫੜ ਲਿਆ ਬਾਬੇ ਨਾਨਕ ਮਰਦਾਨੇ ਨੂੰ। ਕਹਿੰਦਾ ਜੀ ਕੱਢੋ ਪੈਸੇ ਸਾਰੇ ਬਾਹਰ, ਤੁਹਾਨੂੰ ਮਾਰਨਾ ਅਸੀਂ। ਕਹਿੰਦਾ ਠੀਕ ਹੈ, ਪਹਿਲਾਂ ਅੱਗ ਦਾ ਬੰਦੋਬਸਤ ਕਰੋ, ਤੁਸੀਂ ਸਾੜਨਾ ਵੀ ਹੈ, ਕਹਿੰਦਾ ਪਹਿਲਾਂ ਅੱਗ ਦਾ ਬੰਦੋਬਸਤ ਕਰੋ। ਉਹ ਸਾਹਮਣੇ ਇੱਕ ਮੁਰਦਾ ਚੱਲ ਰਿਹਾ ਹੈ, ਅੱਗ ਲੈ ਕੇ ਆਓ, ਇਸ਼ਾਰਾ ਕੀਤਾ ਉਹ ਸਿਰਫ। ਕਹਿੰਦੇ ਠੀਕ ਹੈ, ਦੋ ਬੰਦੇ ਇੱਥੇ ਬੈਠੋ, ਤਿੰਨ ਬੰਦੇ ਗਏ ਅੱਗ ਲੈਣ ਵਾਸਤੇ। ਦੇਖੋ ਬਾਬੇ ਨਾਨਕ ਦਾ, ਕਹਿੰਦਾ ਗੁਰੂ ਨਾਨਕ ਜੀ ਨੂੰ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ। ਗੁਰੂ ਨਾਨਕ ਦੀ ਬਾਣੀ ਸੁਣੀ ਹੈ, ਬਚਨ ਸੁਣੇ ਹਨ। ਕਹਿੰਦਾ ਬਾਰ ਫਿਰ ਜਨਮ ਮਰਨ 'ਚ ਨਹੀਂ ਆਉਂਦਾ। ਉੱਥੇ ਪਹੁੰਚੇ ਤੇ ਬੜੀ ਰੋਣ ਦੀ ਆਵਾਜ਼ ਆ ਰਹੀ ਹੈ, ਜਿਵੇਂ ਸ਼ਮਸ਼ਾਨ ਘਾਟ ਹੈ, ਰੋਣ ਦੀ ਆਵਾਜ਼ ਆਉਂਦੀ ਹੈ ਉਸ ਝਾਲੀ ਦੇ ਕੋਲ। ਫਿਰ ਇੱਕਦਮ ਉਹ ਆਵਾਜ਼ ਚੁੱਪ ਹੋ ਗਈ। ਉਹਨੇ ਪੁੱਛ ਕੀਤੀ ਚੋਰਾਂ ਨੇ ਵੀ ਉਹ ਜੋ ਜਮਦੂਤ ਆਏ ਸਨ ਉੱਥੇ ਲੈਣ ਵਾਸਤੇ ਉਸ ਜੀਵ ਆਤਮਾ ਨੂੰ, ਬੜੇ ਕੁੱਟ ਰਹੇ ਸਨ। ਕਹਿੰਦੇ ਇਹਨੇ ਕੋਈ ਤਪ ਨਹੀਂ ਕੀਤਾ, ਇਹਨੇ ਕੋਈ ਬਾਣੀ ਨਹੀਂ ਪੜ੍ਹੀ। ਕਹਿੰਦੇ ਹੁਣ ਕੀ ਹੋਇਆ, ਇੱਕਦਮ ਸ਼ਾਂਤੀ ਹੋਏਗੀ, ਵਿਵਾਨ 'ਚ ਲੈ ਕੇ ਜਾ ਰਹੇ ਹੋ ਸੱਚਖੰਡ। ਕਹਿੰਦੇ ਜੀ ਗੁਰੂ ਨਾਨਕ ਦਾ ਇਸ਼ਾਰਾ ਹੋ ਗਿਆ, ਉਹ ਬਾਬਾ ਜੋ ਬੈਠਾ ਹੈ ਨਾ, ਸਿਰਫ ਉਂਗਲੀ ਕੀਤੀ ਹੈ ਇਸ ਜੀਵ ਆਤਮਾ ਵੱਲ, ਇਹਦਾ ਪਾਰ ਉਤਾਰਾ ਹੋ ਗਿਆ। ਦੇਖੋ ਇਹ ਹੈ ਸਾਡੇ ਬਾਬੇ ਦਾ ਕਮਾਲ, ਸਿਰਫ ਇਸ਼ਾਰਾ ਕੀਤਾ ਹੈ। ਕਹਿਣ ਲੱਗੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਕਹਿੰਦਾ ਅਪਰਾਧੀ ਤਰ ਗਏ ਜਿਹਨਾਂ ਬਾਬੇ ਨਾਨਕ ਦੀ ਬਚਨ ਮੰਨਿਆ ਹੈ। ਅਸੀਂ ਇੰਨਾ ਕੁਛ ਸੁਣਿਆ ਅੱਜ ਗੁਰਪਿਆਰਿਆਂ ਤੋਂ, ਮਨ ਕਹਿੰਦਾ ਸੁਣਿਆ ਮੰਨਿਆ ਮਨ ਕੀਤਾ ਬਹਾਓ, ਅੰਤਰਗਤ ਤੀਰਥ ਮੰਨ। ਸੁਣਿਆ ਅਸੀਂ, ਸੁਣਨਾ ਕੀ ਹੈ, ਗੁਰੂ ਦਾ ਬਚਨ ਮੰਨਣਾ। ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ। ਇਹ ਹੈ ਜੋੜ ਨਿਚੋੜ ਜੋ ਹੈ ਅੱਜ ਦਾ ਬਾਬੇ ਨਾਨਕ ਦੀ ਫਿਲਾਸਫੀ ਦਾ। ਹੋਰ ਬੜੇ ਕਰਮ ਹਨ, ਮਹਾਰਾਜ ਕਹਿੰਦੇ ਸਭ ਤੋਂ ਵੱਡਾ ਕਰਮ ਸਰਬ ਧਰ ਸ੍ਰੇਸ਼ਟ ਮੈਂ ਸਰਬ ਧਰਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ। ਤੇਰਾ ਧਰਮ ਕੀ ਹੈ, ਤੂੰ ਨਾਮ ਜਪੇ ਅੰਮ੍ਰਿਤ ਵੇਲੇ ਉੱਠ ਕੇ, ਅਤੇ ਤੇਰੇ ਚੰਗੇ ਕਰਮ ਹੋਣ। ਦੋ ਚੀਜ਼ਾਂ ਬੜੀਆਂ ਗੱਡੀਆਂ ਮਹਾਰਾਜ ਇੱਕ ਲਈ ਕਹਿ ਦਿੱਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਅੰਮ੍ਰਿਤ ਵੇਲੇ ਜ਼ਰੂਰ ਉੱਠੀਏ ਅਸੀਂ, ਅੰਮ੍ਰਿਤ ਵੇਲਾ ਨਹੀਂ ਛੱਡੀਏ, ਸੂਰਜ ਚੜ੍ਹਨ ਤੋਂ ਪਹਿਲੇ ਜ਼ਰੂਰ, ਦੋ ਘੰਟੇ ਪਹਿਲੇ ਜ਼ਰੂਰ ਉੱਠੀਏ ਅਸੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਜ਼ਰੂਰ ਮੇਰਾ ਸਿੱਖ ਉੱਠੇ, ਕਿਉਂਕਿ ਅੰਮ੍ਰਿਤ ਵੇਲੇ ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਉੱਠ ਪ੍ਰਭਾਤ ਕਰੇ ਹਿਤ ਚੀਤ, ਵਾਹਿਗੁਰੂ ਪੁੰਨ ਮੰਤਰ ਸੁ ਜਾਪ, ਕਰ ਇਸ਼ਨਾਨ ਪੜੇ ਜਪ ਜਾਪ, ਸੰਧਿਆ ਸਮੇਂ ਸੁਣੇ ਰਹਿ ਰਾਸ, ਕੀਰਤਨ ਕਰਤਾ ਸੁਣੇ ਹਰਜਾਸ,
ਇਨ ਪੈ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਪੁਰੀ ਮੈਂ ਜਾਏ। ਇਹ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਰਹਿਤਨਾਮੇ 'ਚ ਭਾਈ ਨੰਦ ਲਾਲ ਜੀ ਦੇ ਕਹਿੰਦਾ ਮੇਰਾ ਸਿੱਖ ਅੰਮ੍ਰਿਤ ਵੇਲੇ ਜ਼ਰੂਰ ਉੱਠੀ। ਅੱਜ ਇਹ ਸਮਾਗਮ ਕਿਉਂ ਕਰ ਰਹੇ ਹਾਂ ਅਸੀਂ? ਤਾਂ ਗੁਰੂ ਦੀ ਸੋਚ ਸਾਡੇ ਹਿਰਦੇ 'ਚ ਵੱਸ ਕੇ ਗੁਰ ਕਾ ਬਚਨ ਵਸਿਆ ਜੀ ਨਾਲੇ ਅੰਮ੍ਰਿਤ ਵੇਲੇ ਜ਼ਰੂਰ ਉੱਠੀ ਅਸੀਂ। ਨਿਤਨੇਮ ਦੇ ਬਾਣੀਆਂ ਦਾ ਗੁਰਬੰਤਰ ਦਾ ਗੁਰਬੂਲ ਮੰਤਰ ਜਪ ਕਰਕੇ ਨਿਤਨੇਮ ਦੇ ਬਾਣੀ ਦਾ ਜਪ ਕਰੀਏ। ਮਹਾਰਾਜ ਕਹਿੰਦੇ ਤੂੰ ਅੰਮ੍ਰਿਤ ਵੇਲੇ ਉੱਠਿਆ ਕਰ। ਬਾਬੇ ਨਾਨਕ ਤਿੰਨ ਗੱਲਾਂ ਕਹੀਆਂ ਸੀ ਮਰਦਾਨੇ ਨੂੰ, ਬਾਬਾ ਜੀ ਮੇਰੇ ਵੱਸ ਕੀ ਹੁਕਮ ਹੈ? ਕਹਿੰਦਾ ਮਰਦਾਨਿਆਂ ਤਿੰਨ ਗੱਲਾਂ ਯਾਦ ਰੱਖੀ, ਜੀਵਨ ਸਫਲ ਕਰਨਾ ਹੈ। ਅੰਮ੍ਰਿਤ ਵੇਲੇ ਉੱਠਿਆ ਕਰ, ਇਸ਼ਨਾਨ ਕਰਕੇ ਸਤਨਾਮ ਵਾਹਿਗੁਰੂ ਦਾ ਜਪ ਕਰਿਆ ਕਰ। ਦੂਜੀ ਗੱਲ, ਇਹ ਕੇਸਾਂ ਦੀ ਬੇਦਵੀ ਨਹੀਂ ਕਰਨੀ ਅੱਜ ਤੋਂ ਲੈ ਕੇ ਜਦੋਂ ਮਰਦਾਨਾ ਸ਼ਰਨ ਵਿੱਚ ਆਏ ਹਨ। ਤੀਜੀ ਗੱਲ, ਜੋ ਵੀ ਮਹਾਂਪੁਰਸ਼ ਗੁਰੂ ਦਾ ਪਿਆਰਾ ਕੋਈ ਭੁੱਖਾ ਘਰ ਆਉਂਦਾ ਹੈ, ਆਏ ਗਏ ਦੀ ਸੇਵਾ ਕਰੀ। ਇਹ ਤਿੰਨ ਗੱਲਾਂ ਬਾਬੇ ਨਾਨਕ ਨੇ ਮਰਦਾਨੇ ਨੂੰ ਕਹੀਆਂ ਅੰਮ੍ਰਿਤ ਵੇਲੇ। ਉਦੋਂ ਵੀ ਕਿਹਾ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਰਾਮਦਾਸ ਜੀ ਮਹਾਰਾਜ, ਇਸ ਦੇ ਉੱਤੇ ਜ਼ੋਰ ਪਾਏ, ਅੰਮ੍ਰਿਤ ਵੇਲਾ ਜ਼ਰੂਰ ਸੰਭਾਲੀਏ ਅਸੀਂ, ਤਾਂ ਕਿ ਸਾਡਾ ਇਹ ਲੋਕ ਸੁਖੀ ਪਰਲੋਕ ਸੁਹਲਾ ਹੋ ਸਕੇ। ਮਹਾਰਾਜ ਕਲੀਅਰ ਕਹਿ ਦਿੱਤਾ ਹੈ, ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਇਹ ਰਹਿਤ ਹੈ ਤੇਰੀ, ਉੱਠ ਪ੍ਰਭਾਤ ਕਰੇ ਹਿਤ ਚੀਤ, ਵਾਹਿਗੁਰੂ ਪੁੰਨ ਮੰਤਰ ਸੁਜਾਪ, ਵਾਹਿਗੁਰੂ ਦਾ ਮੰਤਰ ਜਪ, ਵਾਹਿਗੁਰੂ ਵਾਹਿਗੁਰੂ, ਇਹ ਅੰਮ੍ਰਿਤ ਵੇਲੇ ਉੱਠ ਉੱਠਿਆ ਕਰ, ਜਪਿਆ ਕਰ। ਇਹ ਸਾਡੀ ਰਹਿਤ ਹੈ, ਮਹਾਰਾਜ ਕਹਿੰਦੇ ਸਭ ਤੋਂ ਵੱਡੀ ਰਹਿਤ, ਅੰਮ੍ਰਿਤ ਦੀ ਦਾਤ ਚੂਰ ਲਈਏ ਅਸੀਂ। ਪਿਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੇ। ਕਹਿੰਦਾ ਗੁਰੂ ਦਾ ਸਿੱਖ ਅੰਮ੍ਰਿਤ ਦੀ ਦਾਤ ਲਵੇ ਅਤੇ ਫਿਰ ਚੰਗੇ ਕਰਮ ਕਰੇ, ਗੁਰੂ ਦਾ ਨਾਮ ਜਪੇ, ਕਹਿੰਦਾ ਤੇਰਾ ਇਹ ਲੋਕ ਸੁਖੀ ਪਰ ਲੋਕ ਸਲਾਹ ਹੋ ਸਕਦਾ ਹੈ, ਕਿਉਂਕਿ ਸਾਰੀ ਕਾਇਨਾਤ ਗੁਰੂ ਨਾਨਕ ਦੇ ਹੁਕਮ ਵਿੱਚ ਹੈ। ਨਾਨਕ ਕੇ ਘਰ ਕੇਵਲ ਨਾਮ, ਬਾਕੀ ਗੱਲਾਂ ਛੱਡੀਏ ਅਸੀਂ। ਨਾਮ ਹੀ ਗੁਰੂ ਦਾ ਪਾਰੋ, ਗੁਰੂ ਪਾਸੋਂ ਹੁਕਮ ਜਿਸ ਨੂੰ ਆਇਆ ਕਿ ਨਾਮ ਜਪ ਅੰਮ੍ਰਿਤ ਵੇਲੇ ਉੱਠ ਕੇ, ਕਹਿਣ ਲੱਗੇ ਕਿਉਂਕਿ ਪੂਰੀ ਕਾਇਨਾਤ ਗੁਰੂ ਦੇ ਹੁਕਮ ਵਿੱਚ। ਕਹਿਣ ਲੱਗੇ ਹੁਕਮ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਜੋ ਗੁਰੂ ਨਾਨਕ ਨੇ ਕਹਿਤਾ ਪਰਮੇਸ਼ਰ ਦੇ ਵਚਨ ਹਨ। ਜਦੋਂ ਵਾਰਤਾ ਹੋਈ ਨਾ ਪਰਮੇਸ਼ਰ ਨਾਲ, ਕਹਿੰਦਾ ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ ਹੈ, ਜੋ ਤੇਰਾ ਹੁਕਮ ਮੰਨੇਗਾ ਉਹ ਮੇਰਾ ਵੀ ਹੁਕਮ ਹੈ, ਮੇਰਾ ਵੀ ਹੁਕਮ ਮੰਨੇਗਾ, ਤੇਰੇ ਮੇਰੇ 'ਚ ਕੋਈ ਭੇਦ ਨਹੀਂ। ਇਹ ਸਾਡੇ ਕਿੰਨੇ ਵੱਡਿਆਂ ਭਾਗਾਂ ਵਾਲੇ ਹਾਂ ਅਸੀਂ, ਅੱਜ ਉਸ ਗੁਰੂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਅਸੀਂ। ਉਹ ਸਿੱਖ ਕੇ ਜਾਈਏ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਨਾਮ ਜਪੀਏ, ਗੁਰੂ ਦੀ ਸਿੱਖੀ ਧਾਰਨ ਕਰੀਏ, ਸੇਵਾ ਸਿਮਤ ਜੁੜ ਸਕੀਏ, ਤਾਂ ਕਿ ਸਾਡਾ ਇਹ ਲੋਕ ਸੁਖੀ ਪਰਲੋਕ ਸੁਲਾ ਹੋ ਸਕੇ ਜੀ। ਜਾਹਰ ਪੀਰ ਜਗਤ ਗੁਰਬਾਬਾ, ਜਾਹਰ ਪੀਰ ਜਗਤ ਗੁਰਬਾਬਾ, ਜਾਹਰ ਪੀਰ ਜਗਤ ਗੁਰਬਾਬਾ, ਜਾਹਰ ਪੀਰ ਜਗਤ ਗੁਰਬਾਬਾ, ਜਾਹਰ ਪੀਰ ਜਗਤ ਗੁਰਬਾਬਾ। ਵਾਹਿਗੁਰੂ। ਸਤਿਗੁਰੂ ਰਹਿਮਤ ਕਰੇ।
ਸਾਰੇ ਪ੍ਰਬੰਧਕਾਂ ਪਾਸੋਂ ਸਾਰੀ ਸੰਗਤ ਦਾ ਜੀ ਆਇਆਂ ਧੰਨਵਾਦ ਹੈ। ਇਹ ਜੋ ਉਪਰਾਲਾ ਕੀਤਾ ਹੈ, ਉਹਨੂੰ ਕੱਲ੍ਹ ਫੋਨ ਕੀਤਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਨੇ, ਇੱਕ ਸ਼ਬਦ ਦੀ ਹਾਜ਼ਰੀ ਭਰਨੀ ਹੈ। ਇਸ ਗੁਰੂ ਘਰ ਤੋਂ ਬਹੁਤ ਕੁਛ ਮਿਲਿਆ ਸਾਨੂੰ, ਸੇਵਾ ਕਰਦਿਆਂ ਮਾਰਿਆਂ ਸੇਵਾ ਆਪ ਸੇਵਾ ਲਈ ਬਚਪਨ ਤੋਂ ਲੈ ਕੇ ਸੇਵਾ ਕਰਦੇ ਰਹੇ ਸਥਾਨ ਦੇ ਉੱਤੇ ਸਤਿਗੁਰੂ। ਇਹ ਵੀ ਰਹਿਮਤ ਹੈ ਸੱਚੇ ਪਾਤਸ਼ਾਹ ਜੀ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਇੰਨੀ ਉੱਥੋਂ ਤੱਕ ਪਹੁੰਚਾਇਆ ਮਹਾਰਾਜ ਨੇ, ਅਫਸਰੀ ਬਖਸ਼ੀ। ਇਹ ਗੁਰੂ ਨਾਨਕ ਦੀ ਕਿਰਪਾ ਹੈ। ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਰਹਿ। ਇਹ ਵਡਿਆਈ ਗੁਰੂ ਨੇ ਬਖਸ਼ੀ ਹੈ। ਸਾਰੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਸ ਮਹਾਨ ਪਰਮ ਨੂੰ ਬੜੇ ਚੰਗੇ ਸੁਚੇ ਤਰੀਕੇ ਨਾਲ ਮਨਾ ਰਹੇ ਹੋ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਮਨ ਬਿਰਤੀਓਂ ਕਾ ਕਰੀਏ, ਅਨੰਦ ਸਾਹਿਬ ਦਾ ਪਾਠ ਸਰਵਣ ਕਰੀਏ। ਰਾਮ ਕਲੀ ਮਹਲਾ ਤੀਜਾ, ਆਨੰਦ ਕੰਕਾ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜਿਆਂ ਵਧਾਈ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣਿਆ ਸ਼ਬਦੋ ਤੰਗਾਵੋ, ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾ, ਹਲ ਨਾਲ ਰਹੋ ਤੂੰ ਮਨ ਮੇਰੇ ਦੁੱਖ ਸੰਸਾਰ, ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕੋ ਮਨੋਸਾਰ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰੇ ਸਭ ਕਿਛ ਜਿਸਦੇ ਸੁਪਾ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਸਾਰ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ ਜਿਹਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਵਾਜੇ ਪੰਚ ਸੋ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀ, ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰ, ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨਹਦ, ਆਨੰਦ ਸੁਣੋ ਉਡ ਭਾਗੀ ਹੋ ਸਗਲ ਮਨੋਰਥ ਹੋ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸੰਸੋਰ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸੰਸੇ ਪੂਰੇ ਗੁਰ ਤੇਜਾ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਦਿਵਸ ਰਾਤ ਦੋਏ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੋ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੋ,
ਜਿੰਨੀ ਨਾਮ ਧਿਆਇਆ ਗਏ ਮਸਕਤ ਕਹਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਹਾ ਨਾਨਕ ਤੇ ਮੁਖ ਕੀਤੀ ਛੁੱਟੀ ਨਾਲ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਇੱਕੀ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਅਤੇ ਗੁਰੂ ਅਮਰਦਾਸ ਰਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਅਤੇ ਅੱਠਾਂ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਕਰਿ ਨਉ ਨਿਧਿ ਆਵੈ ਧਾਇ ਸਭ ਥਾਈਂ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਵੱਲ ਧਿਆਨ ਧਰਕੇ ਬੋਲੋ ਜੇ ਪੰਜਾਂ ਪਿਆਰਿਆਂ ਚੌਹੋਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਹਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਵੱਲ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਵੰਧ ਵੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਤਨ ਚਰਾਏ ਗੁਰੂ ਦੀਆਂ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿੰਨਾਂ ਦੀ ਕਮਾਈ ਵੱਲ ਧਿਆਨ ਧਰਕੇ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਵੱਲ ਧਿਆਨ ਧਰਕੇ ਬੋਲੋ ਜੇ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਏ ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਹਿਤ ਦੇਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਪਵਿੱਤਰ ਇਸ਼ਨਾਨ ਚੌਂਕੀਆਂ ਚੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰਨ ਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰ ਪਾਤਸ਼ਾਹ ਜੀਓ ਆਪ ਜੀ ਦੇ ਪਵਿੱਤਰ ਬਚਨ ਹੱਚੇ ਪਾਤਸ਼ਾਹ ਜੀਓ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਇਆ ਅਤੇ ਮਾਂ ਵਾਕਾਂ ਅਨੁਸਾਰ ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਸਤਿਗੁਰੂ ਜਿਨ੍ਹਾਂ ਨੇ ਉੱਦਮ ਕੀਤਾ ਉਪਰਾਲਾ ਕੀਤਾ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੇ ਕਰਵਾਇਆ ਸੱਚੇ ਪਾਤਸ਼ਾਹ ਜੀ ਪਰਸੋਂ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਰੰਭਤਾ ਹੋਈ ਸਤਿਗੁਰੂ ਪਾਤਸ਼ਾਹ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਕੀਰਤਨ ਦੇ ਦੀਵਾਨ ਸੱਜੇ ਸੱਜੇ ਦੀਵਾਨ ਅੰਦਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਵਿੱਤਰ ਬਾਣੀ ਦੇ ਕੀਰਤਨ ਹੋਏ ਸਤਿਗੁਰੂ ਪਾਤਸ਼ਾਹ ਕਥਾ ਹੋਈ ਸਤਿਗੁਰੂ ਪਾਤਸ਼ਾਹ ਜੀ ਧਾਰਮਿਕ ਵਿਚਾਰਾਂ ਸਾਂਝੀਆਂ ਹੋਈਆਂ ਸਤਿਗੁਰੂ ਕਈ ਤਰ੍ਹਾਂ ਦੀਆਂ ਤਰੁੱਟੀਆਂ
ਭੁੱਲਾਂ ਹੋਈਆਂ ਹੋਣਗੀਆਂ ਦੀਵਾਨ ਵਿੱਚ ਸਤਿਗੁਰੂ ਪਾਤਸ਼ਾਹ ਜੀਓ ਬੋਲਦਿਆਂ ਪ੍ਰਚਾਰਕਾਂ ਪਾਸੋਂ ਸੇਵਾਦਾਰਾਂ ਪਾਸੋਂ ਸਤਿਗੁਰੂ ਪਾਤਸ਼ਾਹ ਜੀਓ ਕਿਰਪਾ ਕਰਨੀ ਭੁੱਲਾਂ ਬਖਸ਼ ਕੇ ਮਾਰਗ 'ਤੇ ਪਾਉਣਾ ਕਈ ਤਰ੍ਹਾਂ ਦੀਆਂ ਸਤਿਗੁਰੂ ਪਾਤਸ਼ਾਹ ਆਪ ਜੀ ਦੀ ਮਰਜ਼ਾਦਾ ਦੇ ਉਲਟ ਅਲਫਾਜ਼ ਇਸ ਰਸਨਾ ਤੋਂ ਨਿਕਲ ਗਏ ਹੋਣਗੇ। ਸਤਿਗੁਰੂ ਪਾਤਸ਼ਾਹ ਆਪ ਕਿਰਪਾ ਕਰਨੀ ਅਗਾਂਹ ਤੂੰ ਸਮਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਗੁਰਮਤਿ ਦੇ ਧਾਰਨੀ ਬਣਾਉਣਾ ਸਤਿਗੁਰੂ ਪਾਤਸ਼ਾਹ ਜੀਓ ਗੁਰਮਤਿ ਮਾਰਗ 'ਤੇ ਚੱਲਣ ਦੀ ਸਮਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਇਸੇ ਤਰ੍ਹਾਂ ਹੀ ਆਪਣੇ ਗੁਰੂਆਂ ਦੇ ਪੂਰ ਬਣਾਉਣ ਦਾ ਉੱਦਮ ਬਖਸ਼ਿਸ਼ ਕਰਨਾ ਸਤਿਗੁਰੂ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ 'ਚ ਸਤਿਗੁਰੂ ਪਾਤਸ਼ਾਹ ਜੀਓ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰ ਲੈਣੀਆਂ ਸਤਿਗੁਰੂ ਪਾਤਸ਼ਾਹ ਜੀਓ ਦਰ ਘਰ ਦੇ ਸੇਵਕ ਸਰਦਾਰ ਸਤਪਾਲ ਸਿੰਘ ਰੰਧਾਵਾ ਸਤਿਗੁਰੂ ਪਾਤਸ਼ਾਹ ਜੀਓ ਜਿਨ੍ਹਾਂ ਪਾਸੋਂ ਦੇਗ ਸੇਵਾ ਵਾਸਤੇ 500 ਦਮੜਾ ਆਇਆ ਹੈ ਸਤਿਗੁਰੂ ਪਾਤਸ਼ਾਹ ਜੀਓ ਕਿਰਪਾ ਕਰਨੀ ਸੇਵਕਾਂ ਦੀ ਸੇਵਾ ਪ੍ਰਵਾਨ ਕਰ ਲੈਣੀ ਜਿਨ੍ਹਾਂ ਭਾਵਨਾ ਕਰਕੇ ਸੋ ਭਾਵਨਾ ਭਰਪੂਰ ਪਰਿਵਾਰ 'ਚ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਪਾਤਸ਼ਾਹ ਹਰ ਭਾਵ ਰੱਖਿਆ ਕਰਨੀ। ਹੁਣ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ ਇਸ ਵਕਤ ਦੀ ਆਉਣ ਦੀ ਸਮਾਪਤੀ ਹੈ ਸਤਿਗੁਰੂ ਪਾਤਸ਼ਾਹ ਜੀਓ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਦੀ ਹਜ਼ੂਰੀ ਅੰਦਰ ਆਪ ਜੀ ਦੀਆਂ ਆਈਆਂ ਸੰਗਤਾਂ ਵਾਸਤੇ ਦੇਗ ਹਾਜ਼ਰ ਹੈ ਲੰਗਰ ਹਾਜ਼ਰ ਹੈ ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਅਤੇ ਲੰਗਰ ਅਤੁੱਟ ਵਰਤੇ ਸੱਚੇ ਪਾਤਸ਼ਾਹ ਜੀ ਜੋ ਜੋ ਛਕੇ ਸੋ ਆਪ ਦੀਆਂ ਨਾਮ ਜਪੇ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਪਾਤਸ਼ਾਹ ਜੀਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰੋ ਕਿਰਪਾ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਦੇ ਮਿਲਦੇ ਹਾਂ ਆਪ ਜੀ ਦਾ ਸਵਾਸ ਸਵਾਸ ਵਾਹਿਗੁਰੂ ਸਤਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ ਰਾਜ ਕਰੇਗਾ ਖਾਲਸਾ ਹਾਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਬੋਲੇ ਸੋ ਨਿਹਾਲ ਕਾਲ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵੈਂ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਧਨ ਸੋ ਵੇਲਾ ਘੜੀ ਧਨ ਤਨ ਮੂਰਤ ਪਲਸਾਰ ਤਨ ਸੇ ਦਿਨ ਸੰਜੋਗੜਾ ਜਿਤ ਡਿੱਠਾ ਗੁਰ ਦਰਸ਼ਾਰ ਸੋ ਕਹੋ ਟਲ ਗੁਰ ਸੇਵੀਐ
ਅਹਨਿਸ਼ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਕਸਮ ਨੂਰ ਅਰਸ਼ੋਂ ਕੁਰਸੋਂ ਝਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹਿਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।